मैं ਕੰਦ ਵਾਲਿਆਂ ਨੂੰ ਗੁਨਾਹਗਾਰ ਨਹੀਂ ਮੰਨਦਾ ਜਿਹੜੇ ਉਹਨਾਂ ਦੇ ਸਰਪ੍ਰਸਤ ਸੀਗੇ ਉਹ ਕਹਿੰਦੇ ਬੁਰੇ ਨੂੰ ਨਾ ਮਾਰੋ ਬੁਰੇ ਦੀ ਮਾਂ ਨੂੰ ਮਾਰੋ ਕਸੂਰ ਉਹਨਾਂ ਦਾ ਜਿਹਨਾਂ ਨੇ ਇਹੋ ਜਿਹੇ ਬੱਚਿਆਂ ਨੂੰ ਲਾਗ ਲਿਆ ਕੇ ਇੱਥੇ ਕਾਂਗਰਸ ਦੀ ਟਿਕਟ ਦਿੱਤੀ ਅਤੇ ਲੁੱਟਣ ਦਾ ਲਸੰਸ ਦੇ ਦਿੱਤਾ ਅਤੇ ਫੌਜਾਂ ਕਦੇ ਕੋਈ ਰੋਕੇ ਨਾ ਉਹਨਾਂ ਨੂੰ ਔਰ ਇੱਕ ਬੰਦਾ ਉਹਦਾ ਮੈਂ ਨਾਂ ਨਹੀਂ ਜਾਣਦਾ ਸੇਖੋ 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 ਅਲੀ ਸੇਖੋ ਉਹ ਦਫ਼ਤਰ 'ਚ ਬਿਠਾਤਾ ਐਸੋਸੀਏਸ਼ਨ ਕੁੱਤੇ ਵਾਂਗੂ ਬੈਠਾ ਹਰ ਬੰਦੇ ਜਿਹਨੂੰ ਜਾਣਦਾ ਐਸੋਸੀਏਸ਼ਨ ਕੁੱਤੇ ਵਾਂਗੂ ਔਰ ਉਹਨੇ ਮੇਰਾ ਖਿਆਲ ਹੈ ਕੋਈ ਅਫਸਰ ਨਹੀਂ ਛੱਡਿਆ ਕੋਈ ਬੰਦਾ ਨਹੀਂ ਛੱਡਿਆ ਜਿਸ 'ਤੇ ਪੈਸੇ ਜ਼ਿਆਦਾ ਆਏ ਹੋਣ ਔਰ ਇਸ ਵਾਸਤੇ ਵੀ ਸੈਂਕੜੇ ਲੋਕਾਂ ਨੂੰ ਮਹਾਰਾਣੀ ਸਾਹਿਬ ਨੂੰ ਕਿਹਾ ਵੀ ਇਹ ਕੀ ਹੋ ਰਿਹਾ ਉਹ ਕਹਿੰਦੇ ਕੋਈ ਲੋਕ ਨਹੀਂ ਤੁਹਾਡਾ ਕੋਈ ਦਾਖਲ ਨਹੀਂ ਉਹ ਕਹਿਣ ਦਾ ਪਾਰ ਗਿਆ ਕਿ ਉਹਨਾਂ ਦਾ ਕਸੂਰ ਕੀ ਕਸੂਰ ਮਹਿਜ਼ ਵਾਲਿਆਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਇਹ ਲਸੰਸ ਦਿੱਤੇ ਔਰ ਐਵੇਂ ਨਹੀਂ ਗਏ ਮੈਂ ਤੁਹਾਨੂੰ ਸੌਂਹ ਖਾ ਕੇ ਕਹਿੰਦਾ ਉਹਨਾਂ ਦੇ ਹਿੱਸਾ ਲੈਂਦੇ ਸੀ ਉਹ ਹਿੱਸਾ ਲੈਂਦੇ ਸੀ ਆਪ ਲੈਂਦੇ ਸੀ ਫਿਟੇ ਨੂੰ ਆਏ ਸੀ ਲੀਡਰਸ਼ਿਪ 'ਤੇ ਫਿਟੇ ਨੂੰ ਆਏ ਸੀ ਸਤਾਰਾਂ ਦੇ ਰਾਜੇ ਮਹਾਰਾਜਾ ਦੇ ਜਿਨ੍ਹਾਂ ਦੀ ਹਾਲਤ ਇਹ ਹੋ ਗਈ ਕਿ ਇਹ ਕੋਈ ਰਾਜਨੀਤੀ ਹੈ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਇਸ 45 ਸਾਲ 'ਚ ਹਲਕੇ ਬਟਾਲੇ 'ਚ ਅੱਜ ਦੇ ਚੁਣਾਵ 'ਚ ਮੈਂ ਕਿਸੇ ਨਾਲ ਧੱਕਾ ਨਹੀਂ ਕੀਤਾ ਨਾ ਹੋਇਆ ਮੈਂ ਸੈਂਕੜੇ ਲੋਕ ਚਾਹੇ ਉਹ ਅਕਾਲੀ ਦਲ ਦਾ ਸੀ ਚਾਹੇ ਕਿਸੇ ਹੋਰ ਪਾਰਟੀ ਸਾਹਿਬ ਜਿਹਦੇ ਨਾਲ ਕੋਈ ਧੱਕਾ ਹੁੰਦਾ ਸੀ ਨਾ ਮੈਂ ਉਹਦੀ ਮਦਦ ਕਰਦਾ ਸੀ ਮੈਂ ਕਿਸੇ ਤੋਂ ਆਪ ਨਹੀਂ ਫਸਾਇਆ ਜੀ ਕਦੇ ਕਿਸੇ ਨੂੰ ਮੈਂ ਛੜਾਏ ਅੱਗੇ ਨਾ ਲੱਗੇ ਨਾ ਹੋਣੇ ਮੈਂ ਬੈਠਾ ਸਾਹਮਣੇ ਮੈਂ ਨਾਂ ਨਹੀਂ ਲੈਂਦਾ ਕਹਿੰਦੇ ਸਰਪੰਚ ਬਣਨਾ ਇਹ 1,00,000 ਰੁਪਈਆ ਦੇ ਚਲੋ ਦੇ ਦਿੱਤਾ 1,00,000 ਰੁਪਈਆ ਕਹਿੰਦੇ ਵੀ ਐਸੇ ਉਹਨੂੰ ਵੀ ਦੇ ਦਿੱਤੇ ਇਹ ਪ੍ਰੈਸ ਵਾਲਾ ਪਰ ਖਬਰ ਲਵਾਉਣੀ ਹੈ 25,000 ਇਹਨੂੰ ਦੇ ਉਹਨਾਂ ਦੇ ਦਵਾ ਕੇ ਫਿਰ ਅੱਧੇ ਅੱਧੇ ਉਹਨਾਂ ਦੇ ਲੈ ਲਏ 1,00,000 ਉਹ ਲੈ ਲਿਆ ਫਿਰ ਪੁਲਿਸ ਵਾਲਿਆਂ ਤੋਂ ਇੱਧੇ ਲੈ ਲਏ ਪ੍ਰੈਸ ਵਾਲੇ ਤੋਂ ਕਿੱਧਰ ਲੈ ਲਏ ਮੈਂ ਨਾਂ ਨਹੀਂ ਲੈਂਦਾ ਇੱਥੇ ਬੈਠੇ ਮੈਂ ਕੰਮ ਕਿਆ ਕਰੀਏ ਇਹ ਮੈਨੂੰ ਦੱਸਦੇ ਸੀ ਕੋਈ ਮੈਨੂੰ ਦੱਸਦੇ ਸੀ ਹੁਣ ਮੈਂ ਬੇਬਸ ਸੀ ਮੈਨੂੰ ਮਜਬੂਰ ਕਰਤਾ ਕਿ ਤੁਸੀਂ ਦਾਖਲ ਨਹੀਂ ਦੇਣਾ ਤੁਸੀਂ ਟੈਲੀਫੋਨ ਨਹੀਂ ਕਰਦਾ ਹੁਣ ਜੇ ਸੂਬੇ ਦਾ ਮਾਲਕ ਚੀਫ ਮਿਨਿਸਟਰ ਉਹਦੀ ਘਰ ਵਾਲੀ ਬਿਲਕੁਲ ਪਾਰਲੀਮੈਂਟ ਸੈਂਟਰ ਦੇ ਵਜ਼ੀਰ ਸਾਰੀ ਤਾਕਤ ਉਹਨਾਂ ਕੋਲ ਹੋ ਗਈ ਲਾਲ ਸਿੰਘ ਦੇ ਬੰਨ ਦਿੱਤੇ ਫੱਟ ਕਿ ਕਿਸੇ ਕਾਂਗਰਸ ਨੂੰ ਸੈਂਟਰ ਦੀ ਮਦਦ ਨਹੀਂ ਕਰਦੀ ਤੁਸੀਂ ਜੋ ਮਰਜ਼ੀ ਹੋਵੇ ਮੈਨੂੰ ਇਸ ਗੱਲ ਦੀ ਸਭ ਤੋਂ ਵੱਧ ਤਕਲੀਫ ਇਹ ਹੈ ਔਰ ਮੈਂ ਸ਼ਰਮਿੰਦਾ ਇਸ ਗੱਲ 'ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਫਿਟੇ ਨੂੰ ਐਸੇ ਰਾਜਪਾਲ ਵਾਹਿਗੁਰੂ ਨੇ ਕਿਰਪਾ ਕੀਤੀ ਸਰਦਾਰ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੱਡੀ ਉਹਨਾਂ ਨੇ ਝੰਡਾ ਚੱਕਿਆ ਅਤੇ ਜਿਹੜੀ ਅਮਰਿੰਦਰ ਸਿੰਘ ਦੀ ਅਮਰਵੇਲ ਮੈਂ ਅਮਰਿੰਦਰ ਸਿੰਘ ਅਮਰਵੇਲ ਕਹਿੰਦਾ ਅਮਰਵੇਲ ਤੁਸੀਂ ਸਾਰੇ ਜਾਣਦੇ ਹੋ ਅਮਰਵੇਲ ਧਰਤੀ 'ਚ ਨਹੀਂ ਉੱਡੀ ਦੀ ਜੜ੍ਹ ਧਰਤੀ 'ਚ ਨਹੀਂ ਲੱਗਦੀ ਉਹ ਕਿਸੇ ਦਰੱਖਤ 'ਤੇ ਸੁੱਟ ਦਿਓ ਉਹ ਆਪਣੀਆਂ ਜੜ੍ਹਾਂ ਉਸ ਦਰੱਖਤ ਉੱਤੇ ਟਾਹਣੀਆਂ ਅਤੇ ਪੱਤਿਆਂ 'ਚ ਬਣਾ ਲੈਂਦੀ ਜੜ੍ਹਾਂ ਅਤੇ ਉਹਦਾ ਰਸ ਚੂਸਦੀ ਹੈ ਦਰੱਖਤ ਦਾ ਵੱਧੀ ਫੁੱਲਦੀ ਹੈ ਇਹ ਜਿਹੜੀ ਅਮਰਿੰਦਰ ਸਿੰਘ ਦੀ ਅਮਰਵੇਲ ਕਾਂਗਰਸ ਨੇ ਪਾਤੀ ਕਾਂਗਰਸ ਕਮਜ਼ੋਰ ਕਰਤੀ ਅਮਰਿੰਦਰ ਅਮਰਵੇਲ ਮਜ਼ਬੂਤ ਹੋ ਕਾਂਗਰਸ ਦੀ ਕੀਮਤ ਹੈ ਕਾਂਗਰਸ ਦੀ ਕੀਮਤ ਹੈ ਇਹ ਜਿਹੜੀ ਅਮਰਵੇਲ ਹੈ ਮਜ਼ੇ ਲੈਂਦੀ ਰਹੀ ਸਾਡੇ 4 ਸਾਲ ਕਾਂਗਰਸ ਨੂੰ ਖਾ ਗਈ ਕਮਜ਼ੋਰ ਕਰਤੀ ਇਹ ਅਮਰਵੇਲ ਲਾਤੀ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੱਲੀ ਹੈ ਸੁੱਟਤੀ ਹੁਣ ਅਮਰਵੇਲ ਬੀਜੇਪੀ ਦੇ ਪੈਣ ਲੱਗੀ ਹੈ ਜਾਂ ਬੀਜੇਪੀ ਹੈਗੀ ਹੈ ਅਮਰਵੇਲ ਹੈਗੀ ਦੋਵਾਂ ਚੋਂ ਇੱਕ ਹੈ ਔਰ ਇਸ ਕਰਕੇ ਉਹਦਾ ਲੇਟ ਫੈਸਲਾ ਹੋਇਆ ਅਸੀਂ ਇੰਤਜ਼ਾਰ ਕਰਦੇ ਰਹੇ ਪਰ ਕਰ ਕੁਛ ਨਹੀਂ ਸੀ ਸਕਦੇ ਕਰ ਕੁਛ ਨਹੀਂ ਸਕਦੇ ਅਸੀਂ ਹਲਕਾ ਸਰੌਣ ਦੇ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਵਿਕਾਸ ਵਾਸਤੇ ਚੈੱਕ ਦੇਣ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰ ਜਿਹੜੇ ਚਰਨਜੀਤ ਸਿੰਘ ਚੱਡੀ ਜੀ ਜਿਹਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਸਾਨੂੰ 7.5 ਕਰੋੜ ਰੁਪਈਆ ਹਲਕਾ ਸਰੌਣ ਵਾਸਤੇ
ਪੰਚਾਇਤਾਂ ਨੂੰ ਦੇਣ ਵਾਸਤੇ ਇਹ ਸੇਵਾ ਲਾਈ ਆ। ਉਸ ਵਾਸਤੇ ਇਲਾਕੇ ਦੀਆਂ ਜਿਹੜੀਆਂ 232 ਪੰਚਾਇਤਾਂ ਜੀ ਉਹਨਾਂ ਨੂੰ 7.5 ਕਰੋੜ ਰੁਪਈਆ ਜਿਹੜਾ ਗਰਾਂਟਾਂ ਦੇ ਤੌਰ 'ਤੇ ਚੈੱਕ ਵੰਡਣੇ ਆ। ਅੱਜ ਸਿਰਫ ਪੰਚਾਇਤਾਂ ਬੁਲਾਈਆਂ, ਪੰਚ ਸਰਪੰਚ ਕੁਛ ਅੱਜ ਬੁਲਾਏ ਆ, ਕੁਛ 2 ਕੁ ਦਿਨ ਬਾਅਦ ਬੁਲਾਵਾਂਗੇ। ਇਹ ਇਕੱਠੇ ਹੋ ਨਹੀਂ ਸਕਦੇ, ਇੱਕਦਮ ਨਹੀਂ ਵੰਡੇ ਜਾ ਸਕਦੇ। ਘੱਟੋ ਘੱਟ 50 ਚੈੱਕ ਅਸੀਂ ਅੱਜ ਵੰਡਾਂਗੇ, ਬਾਕੀ ਸਾਰੇ ਚੈੱਕ ਜਿਹੜੇ ਆ ਉਹਨਾਂ ਨੂੰ ਦੇ ਦੇਣੇ ਆ। ਔਰ ਕੋਰਟ ਲੱਗਣ ਤੋਂ ਪਹਿਲਾਂ ਪਹਿਲਾਂ ਇਹ ਵਿਕਾਸ ਸ਼ੁਰੂ ਹੋ ਜਾਣਾ। ਉਸ ਤੋਂ ਪਹਿਲਾਂ ਹਲਕੇ ਦੀਆਂ ਸੜਕਾਂ ਜਿਹੜੀਆਂ, RDF ਦਾ ਪੈਸਾ 10 ਕਰੋੜ ਰੁਪਈਆ ਉਹਨਾਂ ਨੇ ਦਿਆ ਸੀਗੀ, ਉਹਨਾਂ ਸੜਕਾਂ ਦੇ ਕੋਈ 25-26 ਸੜਕਾਂ ਫਿਰਦੀਆਂ, ਉਹਨਾਂ ਦੇ ਐਸਟੀਮੇਟ ਬਣ ਗਏ ਔਰ ਸਾਰੇ ਟੈਂਡਰ ਵੀ ਉਹਨਾਂ ਦੇ ਹੋ ਚੁੱਕੇ ਆ। ਕੁਛ ਰਹਿ ਗਏ, ਉਹਨਾਂ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਣਾ ਔਰ ਕਈ ਜਗ੍ਹਾ ਸ਼ੁਰੂ ਹੋ ਚੁੱਕਾ। ਜਿਹੜਾ ਇਹ ਕਹਿਣਾ ਕਿ ਵਿਕਾਸ ਦੇ ਪੈਸੇ ਰੋਕ ਲਏ, ਸੜਕਾਂ ਦੇ ਪੈਸੇ ਰੋਕ ਲਏ ਕੁਛ ਬੰਦਿਆਂ ਨੇ ਕਿਹਾ, ਇਹ ਬਿਲਕੁਲ ਸਰਾਸਰ ਗਲਤ ਹੈ। ਅਸੀਂ 10 ਕਰੋੜ ਦੇ ਐਸਟੀਮੇਟ ਵੱਡੀ ਬੋਰਡ ਵੱਲੋਂ ਪਾਸ ਕਰਕੇ ਟੈਂਡਰ ਲੱਗ ਕੇ ਕੰਮ ਜਿਹੜਾ ਸ਼ੁਰੂ ਹੋ ਗਿਆ, ਔਰ ਕੋਰਟ ਲੱਗਣ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਊਗਾ ਜਿਹੜਾ, ਉਹਨੂੰ ਫਿਰ ਕੋਰਟ ਲੱਗਣ 'ਚ ਕੋਈ ਰੁਕਾਵਟ ਨਹੀਂ ਹੋਣੀ। ਮੇਰਾ ਕਹਿਣ ਦਾ ਭਾਵ ਇਹ, ਸੜਕਾਂ ਦਾ ਕੰਮ ਵੀ, ਗਰਾਂਟਾਂ ਦਾ ਕੰਮ ਵੀ ਅੱਜ ਸ਼ੁਰੂ ਹੋ ਗਿਆ। ਸਾਰੇ ਇਲਾਕੇ ਦੀਆਂ ਪੰਚਾਇਤਾਂ ਨੂੰ 7.5 ਕਰੋੜ ਰੁਪਈਆ ਅਸੀਂ ਦੇ ਦੇਣਾ। ਯੂਨਿਟ ਬਿਜਲੀ ਦੇ ਰੇਟ ਘਟਾ ਤੇ, ਪੈਟਰੋਲ ਡੀਜ਼ਲ ਦੇ ਰੇਟ ਘਟਾ ਤੇ, ਅਣਗਿਣਤ ਫੈਸਲੇ ਕੀਤੇ ਆ। ਔਰ ਮੈਂ ਸਮਝਦਾ ਸਮਾਂ ਘੱਟ ਹੈ, ਜੇ ਕਿਤੇ ਇਹ ਫੈਸਲਾ 5-6 ਮਹੀਨੇ ਪਹਿਲਾਂ ਉਹਨਾਂ ਨੂੰ ਬਣਾ ਦਿੰਦੇ, ਪੰਜਾਬ ਦਾ ਨਕਸ਼ਾ ਹੀ ਬਦਲ ਜਾਣਾ ਸੀ। ਮੇਰੀ ਜਿਹੜੀ ਰਾਜਨੀਤੀ 'ਚ, ਮੈਂ ਪਿਛਲੇ 45 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ। 1977 'ਚ ਮੈਂ ਪਹਿਲੀ ਵਾਰ ਇੱਥੇ, ਮੈਨੂੰ MLA ਬਣਨ ਦਾ ਮੌਕਾ ਮਿਲਿਆ ਜੀ। ਟਿਕਾਲਾ ਹਲਕਾ ਸਨੌਰ ਨਾਂ ਬਦਲ ਗਿਆ, ਹਲਕਾ ਉਹੀ ਹੈ, ਸੇਮ ਹੈ। ਇਸ 45 ਸਾਲ 'ਚ 8 ਇਲੈਕਸ਼ਨਾਂ ਮੈਂ ਲੜਿਆ, 6 ਵਾਰ ਮੈਨੂੰ ਲੋਕਾਂ ਨੇ ਬੜਾ ਮਾਣ ਬਖਸ਼ਿਆ, MLA ਬਣਾਇਆ। 9ਵੀਂ ਵਾਰ ਹੁਣ ਮੇਰਾ ਲੜਕਾ ਸਮਾਣੇ ਤੋਂ MLA ਹੈ, ਪਾਰਟੀ ਨੇ ਮੈਨੂੰ ਬਹੁਤ ਮਾਣ ਬਖਸ਼ਿਆ। ਮੈਂ ਇਹ ਕਹਿ ਸਕਦਾ, ਮੈਂ ਬਾਹਰ ਭਾਸ਼ਣ ਕਰਦੇ ਸਾਰੀ ਸੰਗਤ 'ਚ ਤੁਹਾਡੇ ਸਾਹਮਣੇ ਗੱਲ ਕੀਤੀ ਹੈ, ਇਸ 45 ਸਾਲ 'ਚ ਕੋਈ ਬੰਦਾ ਹਾਜ਼ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਕਹਿ ਦੇਵੇ ਮੈਂ ਕਿਸੇ ਦਾ 5 ਰੁਪਈਏ ਦਾ ਨਵਾਦਾਰ ਹਾਂ। ਮੈਂ ਪਾਰਟੀ ਦਾ ਝੰਡਾ 53 ਪ੍ਰਦੇਸ਼ ਨਹੀਂ, ਮੈਂ ਲਗਾਤਾਰ 53 ਸਾਲ ਪ੍ਰਦੇਸ਼ ਕਾਂਗਰਸ ਕਮੇਟੀ ਦਾ ਅਤੇ ICC ਦਾ ਮੈਂਬਰ ਹਾਂ। ਜਿਹੜਾ ਤਿਰੰਗਾ ਝੰਡਾ ਉਹਨਾਂ ਨੇ ਮੇਰੇ ਹੱਥ 'ਚ ਫੜਾਇਆ ਸੀ, ਮੈਂ 53 ਸਾਲ 'ਚ ਉਹ ਝੁਕਣ ਨਹੀਂ ਦਿੱਤਾ ਇੱਕ ਵਾਰ ਵੀ। ਬੜੀਆਂ ਹਨੇਰੀਆਂ ਆਈਆਂ, ਅੱਤਵਾਦ ਆਇਆ, ਬਹੁਤ ਹਾਲਾਤ ਵਿਗੜੇ, ਪਾਰਟੀ ਕਈ ਵਾਰ 2 ਫਾੜ ਹੋਈ, ਪਰ ਮੈਂ ਜਿੱਥੇ ਖੜ੍ਹਾ ਸੀ ਅੱਜ ਵੀ ਉੱਥੇ ਹੀ ਖੜ੍ਹਾ ਹੈ, ਮੈਨੂੰ ਇਸ ਗੱਲ ਦਾ ਫਖਰ ਹੈ। ਔਰ ਪੰਜਾਬ 'ਚ ਇਕੱਲਾ ਹੀ ਬੰਦਾ ਮੈਂ ਹਾਂ ਜਿਹੜਾ 53 ਸਾਲ ਤੋਂ ਪ੍ਰਦੇਸ਼ ਕਾਂਗਰਸ ਕਮੇਟੀ। ਮੈਂ ਆਮ ਲੋਕਾਂ 'ਚ ਪੈਦਾ ਹੋਇਆ, ਤੁਸੀਂ ਤਾਂ ਬੜੇ ਮਹਿਲਾਂ 'ਚ ਪੈਦਾ ਹੋਏ, ਬੜੇ ਬੜੇ ਰਾਜੇ ਮਹਾਰਾਜੇ ਹੋ। ਜੇ ਲਾਲ ਸਿੰਘ ਤੁਹਾਨੂੰ ਹਰਾ ਸਕਦਾ, ਜੇ ਲਾਲ ਸਿੰਘ ਹੀ ਤੁਹਾਨੂੰ ਜਿਤਾ ਸਕਦਾ, ਫਿਰ ਤੁਸੀਂ ਕੀ ਹੋ, ਤੁਹਾਡੀ ਕੀ ਔਕਾਤ ਹੈ? ਸੋ ਇਸ ਕਰਕੇ ਇਹ ਗੱਲ ਬਹੁਤ ਮਾੜੀ ਹੈ ਕਿ ਮੇਰੇ ਵਰਗੇ ਬੰਦੇ ਨੂੰ ਜਿਹਦੀ ਕਾਂਗਰਸ ਦੀ ਲੰਬੀ ਸੇਵਾ ਹੋਵੇ ਅਤੇ ਉਹਦੇ ਬਾਰੇ ਇਹੋ ਜਿਹਾ ਗੱਲ ਕਹੇ, ਇਹ ਮੇਰੇ ਤੇ ਮੈਂ ਸਮਝਦਾ ਗਾਲ ਹੈ। ਮੈਨੂੰ ਇਸ ਤੋਂ ਵੱਡਾ, ਸਭ ਤੋਂ ਵੱਡਾ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਮੇਰੀ ਟਿਕਟ ਕੱਟੀ ਗਈ, ਕੋਈ ਗੱਲ ਨਹੀਂ, ਜਾਣ ਬੁੱਝ ਕੇ ਮੇਰੀ ਟਿਕਟ ਕਟਾਈ, ਉਹਨਾਂ ਨੂੰ ਵਹਿਮ ਹੋ ਗਿਆ ਕਿ ਪਤਾ ਨਹੀਂ ਇਹ ਸਾਡੀ ਚੀਫ ਮਿਨਿਸਟਰੀ ਵੱਲ ਝਾਕਦਾ। ਮੈਂ ਕਦੇ ਵੀ ਇਹ ਗੱਲ ਸੋਚੀ ਨਹੀਂ, ਨਾ ਮੈਂ ਝਾਕਿਆ, ਨਾ ਮੇਰੇ ਮਨ 'ਚ ਆਈ। ਉਹਨਾਂ ਨੂੰ ਵਹਿਮ ਹੋ ਗਿਆ ਕਿ ਇਹ ਬੰਦਾ ਪੁਰਾਣਾ, ਕਾਂਗਰਸ ਦਾ ਸਭ ਤੋਂ ਪੁਰਾਣਾ, ਇਹ ਪ੍ਰਧਾਨਗੀ ਦਾ ਉਮੀਦਵਾਰ ਹੈ, ਪ੍ਰਧਾਨ ਤਾਂ ਮੈਂ ਪਹਿਲਾਂ ਵੀ ਰਹਿ ਚੁੱਕਿਆ ਪੰਜਾਬ ਦਾ, ਫਿਰ ਵੀ ਮੇਰਾ ਨਾਂ ਚੱਲਿਆ। ਉਹਨਾਂ ਨੂੰ ਤੌਖਲਾ ਹੋ ਗਿਆ, ਉਸ ਤੌਖਲੇ ਦੇ ਕਾਰਨ ਉਹਨਾਂ ਨੇ ਮੈਨੂੰ ਰਸਤੇ 'ਚੋਂ ਹਟਾ ਦਿੱਤਾ। ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ, ਔਰ ਪਾਰਟੀ ਨੇ ਜੋ ਫੈਸਲਾ ਕੀਤਾ ਮੈਂ ਉਹਨੂੰ ਸਿਰ ਮੱਥੇ ਮੰਨਿਆ। ਔਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜਾ ਬੰਦਾ 53 ਸਾਲ ਤੋਂ ਸੇਵਾ ਕਰਿਆ, ਉਹਦੀ ਥਾਂ 'ਤੇ ਉਸ ਬੰਦੇ ਨੂੰ ਟਿਕਟ ਦਵਾਈ ਜਿਹੜਾ 4 ਮਹੀਨੇ ਪਹਿਲਾਂ ਅਕਾਲੀ ਦਲ 'ਚੋਂ ਕਾਂਗਰਸ 'ਚ ਆਇਆ ਸੀ, 10 ਸਾਲ ਅਕਾਲੀ ਦਲ ਦੀ ਸਰਕਾਰ 'ਚ ਗੁਲਛੜੇ ਉਡਾਉਂਦਾ ਰਿਹਾ। ਮੈਨੂੰ ਇਸ ਗੱਲ ਦਾ ਵੀ ਕੋਈ ਅਫਸੋਸ ਨਹੀਂ, ਪਾਰਟੀ ਨੇ ਜੋ ਫੈਸਲਾ ਕੀਤਾ ਉਸਦੇ ਮੁਤਾਬਕ ਮੈਂ ਉਹਨੂੰ ਟਿਕਟ ਦੇ ਦਾ। ਉਹਦੇ ਹੱਕ 'ਚ ਮੈਂ 4 ਵੱਡੀਆਂ ਕਾਨਫਰੰਸਾਂ ਆਪ ਕਰਕੇ ਉਹਦੇ ਹੱਕ 'ਚ ਸਾਰੇ ਇਲਾਕੇ ਦੇ ਬੰਦਿਆਂ ਨੂੰ ਤੋੜਿਆ, ਉਹ ਹਾਰ ਗਿਆ। ਇਸ ਦੇ ਬਾਵਜੂਦ ਅੱਜ ਮੇਰੇ ਖਿਲਾਫ਼ ਇਹ ਇਲਜ਼ਾਮ ਲਾਵੇ ਕਿ ਸਰਦਾਰ ਲਾਲ ਸਿੰਘ ਨੇ ਮੈਨੂੰ ਬੁਲਾ ਦਿੱਤਾ, ਇਸ ਗੱਲ ਦੀ ਉਹਨਾਂ ਨੇ ਮੇਰੇ ਹੱਥ ਬੰਨ੍ਹ ਦਿੱਤੇ। ਉਹਨਾਂ ਨੇ ਮੈਨੂੰ ਹੁਕਮ ਲਾ ਦਿੱਤਾ ਕਿ ਸਨੌਰ ਵੱਲ ਝਾਕਣਾ ਨਹੀਂ,
ਸਦੌੜ ਦੇ ਬੰਦੇ 'ਚ ਕੰਮ 'ਚ ਦਖਲ ਨਹੀਂ ਦੇਣਾ, ਸਦੌੜ ਦੇ ਹੱਕ 'ਚ ਕਿਸੇ ਦੇ ਖਿਲਾਫ ਟੈਲੀਫੋਨ ਨਹੀਂ ਤੁਸੀਂ ਕਰਨਾ। ਮੈਨੂੰ ਜਕੜ ਕੇ ਬੰਦ ਕਰਤਾ ਔਰ ਜੋ ਲੋਕਾਂ ਨਾਲ ਧੱਕਾ, ਮੈਂ ਪਿਛਲੀ ਸਰਕਾਰ 10 ਸਾਲ ਅਕਾਲੀ ਦਲ ਦੀ ਰਹੀ, ਮੈਂ ਕਿਸੇ ਕਾਂਗਰਸ ਵਰਕਰ 'ਤੇ ਮੈਂ ਸੇਕ ਨਹੀਂ ਆਣ ਦਿੱਤੀ। ਮੈਂ ਕੋਈ ਵੀ ਸਰਕਾਰ ਆਈ ਮੈਂ ਆਪਣੇ ਬਲਬੂਤੇ ਦੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਹੋਇਆ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ। ਕਦੇ ਵੀ ਮੈਨੂੰ ਐਸਾ ਮਹਿਸੂਸ ਨਹੀਂ ਹੋਇਆ। ਪਰ ਜੋ ਇਸ 4.5 ਸਾਲ 'ਚ ਕਾਂਗਰਸ ਦੇ ਵਰਕਰਾਂ ਨਾਲ, ਸਦੌੜ ਦੇ ਲੋਕਾਂ ਨਾਲ ਹੋਇਆ, ਉਹਦੀ ਮੈਨੂੰ ਬਹੁਤ ਤਕਲੀਫ। ਕਿਹਾ ਸੀ ਬੁਲਾ ਕੇ ਕਿ ਬੇਟੇ ਨੂੰ ਵਿਦਰਾਅ ਕਰ ਲਓ, ਤੁਸੀਂ ਲੜੋ, ਤੁਹਾਡੀ ਸਾਨੂੰ ਲੋੜ ਹੈ। ਮੈਂ ਕਿਹਾ ਨਹੀਂ ਜੀ, ਜੇ ਮੈਨੂੰ ਲੜਾਉਣਾ ਮੈਨੂੰ ਦੂਜੀ ਟਿਕਟ ਦੇ ਦਿਓ, ਨਹੀਂ ਪਹਿਲੀ ਪਹਿਲ ਕਦਮੀ ਮੇਰੀ ਸੰਭਾਲਣਾ ਹੈ। ਹੁਣ ਵੀ ਮੇਰੀ ਪਹਿਲ ਕਦਮੀ ਹੋਈ ਆ, ਉਹ ਜ਼ਰੂਰ ਲੜੇਗਾ। ਮੈਨੂੰ ਪਾਰਟੀ ਦੂਜੀ ਵਾਰ ਦੇਵੇਗੀ ਤਾਂ ਮੈਂ ਜ਼ਰੂਰ ਲੜਾਂਗਾ। ਲਾਲ ਸਿੰਘ ਜੀ, ਜਿਵੇਂ ਤੁਸੀਂ 2 ਟਿਕਟਾਂ ਦੀ ਗੱਲ ਕਰਦੇ ਹੋ, ਫਿਰ ਬ੍ਰਹਮ ਮਹਿੰਦਰਾ ਵੀ ਮੰਗ ਸਕਦੇ ਨੇ 2 ਟਿਕਟਾਂ, ਮੰਨਦੇ ਹੋ ਤੁਸੀਂ? ਹਾਂਜੀ, ਵੀ ਬ੍ਰਹਮ ਮਹਿੰਦਰਾ ਵੀ 2 ਟਿਕਟਾਂ ਮੰਗ ਸਕਦੇ ਨੇ? ਹਾਂਜੀ, ਮੰਗ ਸਕਦੇ ਜੀ। ਇਹ ਤਾਂ ਪਾਰਟੀ ਦਾ ਮੰਗਣਾ ਤਾਂ ਸਾਡਾ ਰਾਈਟ ਆ, ਫੈਸਲਾ ਪਾਰਟੀ ਨੇ ਕਰਨਾ, ਜੋ ਪਾਰਟੀ ਫੈਸਲਾ ਕਰੇਗੀ ਸਿਰਫ਼।